ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲੇ ਹਾਂ ਜੀ ਫਤਿਹਗੜ੍ਹ ਸਾਹਿਬ ਕਿਉਂਕਿ ਘਰਦਿਆਂ ਨੇ ਕੈਨੇਡਾ ਜਾਣ ਤੋਂ ਪਹਿਲਾਂ ਸੋਚਿਆ ਫਤਿਹਗੜ੍ਹ ਸਾਹਿਬ ਦਰਸ਼ਨ ਕਰੇ ਆਉਣੇ ਆ ਮੰਮੀ ਕਦੇ ਗਏ ਨਹੀਂ ਹੈਗੇ ਪਿੰਡ ਨੇ ਡੈਡੀ ਨੇ ਪਿੰਡੋਂ ਆਉਣਾ ਗਾ ਤੇ ਤਾਂ ਕਰਕੇ ਮੰਮੀ ਨੂੰ ਲੈ ਕੇ ਚੱਲੇ ਹਾਂ ਪਹਿਲਾਂ ਡੈਡੀ ਦੀ ਵੇਟ ਸੀਗੀ ਤੇ ਮੰਮੀ ਘਰੇ ਰਹਿ ਰਹੇ ਨੇ ਡੈਡੀ ਵੀ ਕਿਉਂਕਿ ਘਰੇ ਕਣਕ ਡਾਉਣੀ ਆ ਤੇ ਅੰਗਦ ਰਾਤ ਬਿਮਾਰ ਸੀਗਾ ਇਹਦੇ ਕਰਕੇ ਅੰਗਦ ਤੇ ਸ਼ਰਨ ਦੀਦੀ ਨਹੀਂ ਜਾ ਰਹੇ ਹੈਗੇ ਮੈਂ ਚਾਚੀ ਤੇ ਮੰਮੀ ਚੱਲੇ ਹਾਂ ਗੋਰੇ ਵੀਰੇ ਨਾਲ ਚਲੋ ਵੀ ਚੱਲੀਏ ਰਾਤ ਉਹਦੀਆਂ ਲੱਤਾਂ ਬਹੁਤ ਦੁਖਦੀਆਂ ਸੀ ਜੀ ਮੰਮੀ ਕਹਿੰਦੇ ਟੀਕਿਆਂ ਨਹੀਂ ਰਾਤ ਨੂੰ ਵੀ ਉਹ ਸੱਸ ਸਹੁਰ ਆਪਣੇ ਤਾਂ ਡੰਗਰ ਵਾਲਾ ਮੰਜਾ ਹੈ ਮਨ ਵੀ ਡੰਗਰ ਵਾਲਾ ਹੀ ਮੰਜਾ ਹੀ ਆ ਸੱਸ ਸਹੁਰ ਆਉਂਦੇ ਟਾਈਮ ਸਿਰ ਮੁੜ ਜਾਣਾ ਹਾਂਜੀ ਡੈਡੀ ਮੱਥਾ ਟੇਕ ਕੇ ਮੁੜ ਪੈਣਾ ਜੀ ਦੋਵੇਂ ਗੁਰਦੁਆਰਾ ਸਾਹਿਬ ਦੱਸ ਹਾਂਜੀ ਮੈਂ ਚਾਚੀ ਜੀ ਨੂੰ ਕਿਹਾ ਵੀ ਤੁਸੀਂ ਥੋੜੀ ਪੂਰੀ ਟੌਰ ਆ ਚਾਚੀ ਜੀ ਕਹਿੰਦੇ ਪੁਰਾਣਾ ਸੂਟ ਆ ਇਹਦਾ ਮੇਰਾ ਚਲੋ ਵੀ ਆਪਾਂ ਜੀ ਪਹੁੰਚ ਗਏ ਫਤਿਹਗੜ੍ਹ ਸਾਹਿਬ ਤੇ ਦਰਸ਼ਨ ਕਰਦੇ ਹਾਂ ਚੱਲ ਕੇ ਤੇ ਜਿਹੜੇ ਫਤਿਹਗੜ੍ਹ ਸਾਹਿਬ ਹੈੱਡ ਗ੍ਰੰਥੀ ਨੇ ਉਹ ਆਪਣੀਆਂ ਵੀਡੀਓਜ਼ ਦੇਖਦੇ ਸੀਗੇ ਤਾਂ ਉਹ ਮਿਲੇ ਸੀਗੇ ਭਾਈ ਸਾਹਿਬ ਤਾਂ ਬਹੁਤ ਪਿਆਰ ਦਿੱਤਾ ਉਹਨਾਂ ਨੇ ਬਹੁਤ ਵਧੀਆ ਲੱਗਿਆ ਤੇ ਹੁਣ ਆਪਾਂ ਠੰਡੇ ਬੁਰਜ ਸਭ ਦਰਸ਼ਨ ਕਰਦੇ ਹਾਂਗੇ ਫਿਰ ਪ੍ਰਸ਼ਾਦਾ ਪਾਣੀ ਛੱਕ ਕੇ ਚਾਲੇ ਪਾਵਾਂਗੇ ਹੁਣ ਆਪਾਂ ਆ ਗਏ ਜੀ ਜੋਤੀ ਸਰੂਪ ਸਾਹਿਬ ਤੇ ਅੱਜ ਸੰਗਤ ਘੱਟ ਆ ਤੇ ਦਰਸ਼ਨ ਕਰਨ ਦਾ ਵੀ ਬਹੁਤ ਆਨੰਦ ਆ ਰਿਹਾ ਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਉਹ ਸਥਾਨ ਆ ਜਿਹੜੀ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਆ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਜਿੱਥੇ ਵਿਕੀ ਤੇ ਖਰੀਦੀ ਗਈ ਸੀ ਉਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੀ ਜਿੱਥੇ ਸਾਹਿਬ ਜਾਂਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਹੋਇਆ ਸੀ ਤੇ ਵਾਪਸੀ ਤੇ ਆਪਾਂ ਬ੍ਰੈਡ ਬੀਨਸ ਆ ਗਏ ਸੀਗੇ ਅਸੀਂ ਇੱਥੋਂ ਮੈਂ ਥੋੜ੍ਹਾ ਜਿਹਾ ਸਮਾਨ ਚੱਕਣਾ ਸੀਗਾ ਬੇਕਰੀ ਵਾਲਾ ਤੇ ਗੋਰਾ ਵੀਰਾ ਕਹਿੰਦਾ ਮੈਨੂੰ ਬਰਗਰ ਖਵਾ ਦਿਓ ਤਾਂ ਕਰ ਹੁਣ ਅਸੀਂ ਇੱਥੇ ਆਏ ਹਾਂ ਮਨਪ੍ਰੀਤ ਵੀਰਾ ਤਾਂ ਹੈ ਨਹੀਂ ਉਹ ਘਰੇ ਨੇ ਚਾਚੀ ਨੇ ਨਹੀਂ ਖਾਣਾ ਪਰ ਕਣਕ ਨਹੀਂ ਖਾ ਸਕਦੇ ਹੈਗੇ ਅੰਗਦ ਦੀ ਪੱਗ ਦੀ ਵਾਰੀ ਆ ਗਈ ਡੈਡੀ ਦੀ ਪੱਗ ਚੱਕ ਲਿਆ ਆ ਦੋਨਾਂ ਦੇ ਚੜੇ ਨਹੀਂ ਅੱਜ ਉੱਪਰ ਮੰਮੀ ਕਹਿੰਦੇ ਅੱਗੇ ਬਹੁਤ ਬੜੀ ਆ ਕੋਈ ਨਾ ਭਾਈ ਸਾਡਾ ਮੁੰਡਾ ਵੀ ਵੱਡਾ ਹੀ ਆ ਨੀ ਜੋਨੀ ਹੈ ਚਿੜੀਏ ਦਾਦੂ ਦੀ ਵਾਂਗ ਕੀ ਬਣ ਲੈ ਅੰਗਦ ਕੀ ਦੇਖਦਾ ਪੁੱਤੂ ਕੀ ਬਣ ਲਈ ਮੇਰੇ ਪੁੱਤੂ ਨੇ ਓ ਨੋ ਓ ਚਾਚੀ ਨੂੰ ਦਿਖਾ ਦੋ ਖਿਲਾਰਤੀ ਮੇਰਾ ਮੋਨਾ ਪੁੱਤ ਕੀ ਬਣ ਗਿਆ ਚੀਜੀ ਦਿਲ ਵਿੱਚ ਬਣ ਕੇ ਪਾ ਕੇ ਲਾ ਵੀ ਦਿੱਤੀ ਹੁਣ ਪਟਕੇ ਦੀ ਵਾਰੀ ਕੱਢੀ ਚੱਲੋ ਨਿਆਣੇ ਦਾ ਜਲੂਸ ਭਾਈ ਅੱਜ ਨਾਨੀ ਕੋ ਬਣਾ ਲਾ ਮੇਰੀ ਐਨਕ ਦੇ ਦੋ ਜੀ ਨਾਨੀ ਦੀ ਪੱਗ ਮੇਰੀ ਆ ਕਹਿੰਦੇ ਨਾਨੀ ਦੀ ਪੱਗ ਬਣੀ ਹੈ ਹਾਏ ਸ਼ੀਸ਼ਾ ਦੇਖ ਕੇ ਆਵਾਂਗੇ ਫਿਰ ਆਪਾਂ ਠੀਕ ਆ
ਪਹਿਲਾਂ ਜੋਨੀ ਜੋਨੀ ਨੂੰ ਵੀ ਐਂ ਕਹਿੰਦਾ ਚਾਚੀ ਚਾਚੀ ਦਾਦੀ ਨਾਲ ਲੜਾਈਆਂ कौन बैठ गई आपे कहना मैं चाची ने दादे अंदर किया पर मारूंगा तेरे जरूर मैं भी तेरे मारूंगी मैं भी बैड गाइस खर्चा दादी की चुन्नी डैडी आ गए तो असं गेट खोलन चले हाँ मन राज छड़ गया चल पुत गेट खोलिए की होया डैडी आ गए की होया कौन अंगद कौन नो दादी टुटू अंगद अंगद कणक नहीं खिलानी डैडी गड्डी धोन लगे ने डैडी की हेल्प कर दा अंगद अंगद टूटी चलन दे पुत टूटी चलो पानी कितों आऊगा पानी पा डब्बे नाल डब्बे नाल ए किवें चक्केगा डैडी दी रीस कर दा डैडी ने बाल तो चक्की भी यही चकदा सारा काम करना पैना पुत ओ पापा दादू कोल पई है बाल दी पुत नो गड्डी ते पाउणा इधर नहीं पाउणा इहनू नहीं छेड़ना गड्डी ते पा आगे कही जाना नो इन मैं डोल देना गड्डी धोनी है बहुत तेज धोना वो तो उधर पाइप ना धोन तो लग गए रहन दे पाइप फाड़ ला दादी तो नो दादी अंगर तो होगा कहंदा पानी पै गया सारे तो बाद अंगर मेहनत कर रहा ना तो पुत टूटी नहीं बंद करनी थले पानी पिया ना टब चो लै टब च नीचे देख गुड हां जी डैडी दादू को जा पुत पानी पिया दादू को जाई दादू नु पानी दे क्या मारो पानी ऊपर गोदी चढ़ती ये आपको ऊपर मारो ये नहीं मारो आ पानी ना तेरा डैडी वीडियो देख के किसी आए ने कहे मेरे मुंडे तो काम कराने लग गए हैं डैडी तो नहीं कहूंगा हैं हां आ पानी को शाबाश
ਪੂਰੇ ਉੱਪਰ ਉੱਪਰ ਇੱਧਰ ਕਿੱਧਰ ਚੱਲਿਆ ਤੂੰ ਟਿੱਡੂ ਕਿੱਥੇ ਚੱਲਿਆ ਇਹ ਨੀਲਾ ਦਾ ਪਾਣੀ ਕਾਹਤੋਂ ਲੈ ਕੇ ਜਾਣਾ ਤੂੰ ਇਹ ਕਹਿੰਦਾ ਚਿੱਟੇ ਰੰਗ ਦੀ ਗੱਡੀ ਆ ਨੀਲ ਦੇਣਾ ਇਹਨੂੰ ਹਨਾ ਪੁੱਤ ਓ ਇਧਰੋਂ ਪਾਣੀ ਨੂੰ ਜਾ ਕੇ ਉਧਰ ਪਾਈ ਜਾ ਰਿਹਾ ਨਵੇਂ ਕੰਮ ਲੱਗੂ ਗਿਆ ਤੂੰ ਦਾਦੀ ਨੇ ਸਫਾਈ ਕੀਤੀ ਆ ਕੁੱਟ ਪੈ ਨੀ ਆਪਣੇ ਹਾਂਜੀ ਡੈਡੀ ਇਹਦਾ ਕੰਮ ਕਰਦਾ ਜਿਵੇਂ ਬਾਬਾ ਫਰੀਦ ਕੋ ਖੂਹ ਤੇ ਨਹੀਂ ਗਿਆ ਸੀ ਉਹ ਲੜਕੀ ਪਾਣੀ ਕੱਢੀ ਜਾਂਦੀ ਸੀ ਪਾਈ ਜਾਂਦੀ ਸੀ ਬਾਬਾ ਫਰੀਦ ਕਹਿੰਦਾ ਪਾਣੀ ਦੇ ਦੇ ਉਹ ਕਹਿੰਦਾ ਮਰ ਜੂ ਜੀ ਵੀ ਤੋਂ ਜੋ ਜੀ ਵੀ ਹੋ ਗਈ ਅੱਛਾ ਜੀ ਹੈ ਬਾਅਦ ਪੁੱਛਿਆ ਕਿ ਮੇਰੀ ਭੈਣ ਨੂੰ ਅੱਗ ਮਕਾਨ ਨੂੰ ਅੱਗ ਲੱਗੀ ਹੋਈ ਸੀ ਉਹ ਕਹਿੰਦਾ ਉਹਦਾ ਗੱਡੀ ਧੋਣੀ ਆ ਇਹਨੂੰ ਪਾਣੀ ਸਿੱਟਣ ਦਾ ਚਾਹ ਚੜਿਆ ਹੋਇਆ ਸੀ ਇਹਨੂੰ ਵੀ ਆਉਂਦਾ ਸਾਈਕਲ ਧੋਈ ਜਾਂਦਾ ਸਾਈਕਲ ਵੀ ਧੋਈ ਜਾਂਦਾ ਅੰਗਦ ਸਾਰੇ ਹੀ ਸਾਰੇ ਚ ਸਫਾਈ ਕਰਦੇ ਮੰਮੀ ਇਹਨੇ ਸਾਰੇ ਕਿਤੇ ਚਿੱਕੜ ਕਰ ਦੇਣਾ ਅੰਗਦ ਨੋ ਸਾਈਕਲ ਤੇ ਵੀ ਪਾਇਆ ਆ ਇਹ ਕੈਨੇਡਾ ਵਾਲੀ ਤੋਂ ਉੱਪਰ ਗੱਲ ਤਾਂ ਕਰਦੇ ਕਾਰ ਵਾਪੇ ਗਾੜੀ ਨਹੀਂ ਆ ਨਹੀਂ ਆ ਜਾਂਦੇ ਜਾਂਦੇ ਜਿਆਦਾ ਕਿਉਂਕਿ ਰਾਜਦੀਪ ਵੀਡੀਓ ਬਣਾਉਂਦਾ ਹੁੰਦਾ ਇਹਨੂੰ ਉਹ ਕੰਮ ਦਿੰਦੇ ਹੁੰਦੇ ਆ ਰਾਜਦੀਪ ਹੁਣੀ ਪਾਪੜ ਲੈ ਕੇ ਆਏ ਨੇ ਅੰਗਦ ਨੂੰ ਦੇ ਅੰਗਦ ਨੂੰ ਪਾਪੜ ਖਾ ਲਾ ਚਾਚੂ ਨੂੰ ਦੱਸ ਦੇ ਕਿ ਚਾਚੂ ਜੰਮੀ ਆ ਪਹਿਲੀ ਗਰੀ ਨੇ ਜ਼ਿੰਦਗੀ ਚ ਆਪਣੀ ਸਭ ਤੋਂ ਪਹਿਲਾਂ ਗੱਡੀ ਧੋਣ ਲੱਗਿਆ ਆ ਪਾਪੜ ਵੀ ਪਹਿਲੀ ਗਰੀ ਖਾਦਾ ਹੈ ਪਹਿਲਾਂ ਮੈਂ ਕੱਲ ਲਿਆ ਕੇ ਦੇਣ ਲੱਗੀ ਸੀ ਇਹਨੂੰ ਹਾਂਜੀ ਮੈਨੂੰ ਪਤਾ ਨੀ ਸੀਗਾ ਵੀ ਇਹ ਖਾਊਗਾ ਕਿ ਨਹੀਂ ਅਸੀਂ ਕੂੜਾ ਸਾੜਿਆ ਸੀਗਾ ਅੰਗਦ ਨੂੰ ਲੱਗਿਆ ਵੀ ਅੱਗ ਲੱਗੀ ਹੋਈ ਆ ਫਾਇਰ ਟਰੱਕ ਵਾਲਾ ਬਣਿਆ ਫਿਰਦਾ ਅੰਗਦ ਚਲੋ ਬਸ ਉਹ ਆਪੇ ਬੁੱਝ ਜੂਗੀ ਨੀ ਮਾਰਦੇ ਮਾੜੀ ਜੀ ਸੋਟੀ ਵਿਚਾਰੇ ਨੂੰ ਕਰ ਲੈਣ ਦੱਸ ਆ ਦੇਖੋ ਜੀ ਭਾਬੀ ਬਣਾਉਣ ਲੱਗੇ ਨੇ ਪੀਜ਼ਾ ਆ ਦੇਖੋ ਸਾਰਿਆਂ ਨੇ ਖਾ ਲਿਆ ਰਾਜਦੀਪ ਨੇ ਬਹੁਤ ਸਾਰਾ ਪੀਜ਼ਾ ਖਾਧਾ ਇੰਨਾ ਖਾਧਾ ਕਹਿੰਦਾ ਮੈਨੂੰ ਦੇਖ ਲਿਓ ਸਵੇਰੇ ਮੇਰਾ ਢਿੱਡ ਨਾ ਫਟ ਜਾਵੇ ਕਿਤੇ ਬਹੁਤ ਹੀ ਜ਼ਿਆਦਾ ਟੇਸਟੀ ਸੀਗਾ ਇਹੋ ਜਿਹਾ ਨਹੀਂ ਮਿਲਦਾ ਫਿਰ ਕਹਿੰਦੇ ਨੇ ਤੁਸੀਂ ਐਂ ਕਹਿੰਦੇ ਵੀ ਉੱਥੋਂ ਨਹੀਂ ਮਿਲਦਾ ਹੈਗਾ ਕਿਸੇ ਵੀ ਸਟੋਰ ਦੇ ਵਿੱਚੋਂ ਕਿਤੋਂ ਵੀ ਜਿੱਥੇ ਖਾਂਦੇ ਨੇ ਬਣਾਉਂਦੇ ਨੇ ਪਰ ਸਭ ਦੇ ਕਿੱਡਾ ਫੁੱਲਿਆ ਹੋਇਆ ਕੈਨੇਡੀਅਨ ਪੀਜ਼ਾ ਬਣਿਆ ਅੱਗੇ ਇੰਡੀਅਨ ਪੀਜ਼ਾ ਹੁੰਦਾ ਭਾਈ ਰਾਜਦੀਪ ਵਾਲਾ ਔਖਾ ਸੀ ਪੀਜ਼ੇ ਵਾਲਾ ਭਾਬੀ ਖਾਦਾ ਉਹ ਭਾਬੀ ਖਾਦਾ ਉਹ ਭਾਬੀ ਖਾਦਾ ਹੁਣ ਭਾਬੀ ਨੇ ਸਵੇਰ ਵਾਸਤੇ ਵੀ ਬਣਾ ਤਾ ਇੱਕ ਤੇਰਾ ਸਕੂਲੋਂ ਪਾ ਕੇ ਲੈ ਜੀ ਨਾਲੇ ਮੈਡਮ ਨੂੰ ਖਿਲਾਏ ਜਿਹੜੇ ਮੈਡਮ ਪੁੱਛਦੇ ਹੁੰਦੇ ਨੇ ਵੀ ਪੀਜ਼ਾ ਬਣਾਇਆ ਕੁਛ ਬਣਾਇਆ ਨਹੀਂ